सत श्रीकाल दोस्तों, मैं तुहाड़ा अपना जसवीर नसरिया वाले, तुसीं देख रहे हो स्टार पंजाबी टीवी दी। अज असीं जिला मोगा दी तहसील धर्मगढ़ विखे पहुंचे हाँ। इत्थे तुहाडी अज गलबात कराउणे आ एक बेकरी संगम जिन्हां वल्लों बिस्कुट बनाए जांदे ने। इन्हां दे बिस्कुट बहुत ही मशहूर ने, जिवें हुण सौण दा महीना चलदा ते काफ़ी लोग जिहड़े आ आपणियां धीआं भैणां नूं संधारा लै के बिस्कुटां दा जांदे आ। पर पहला दे अज दे बिस्कुट बनाउण दा जिहड़ा धंधा है काफ़ी बदल गया। पहला जिवें भट्ठियां दे बिस्कुट बनाए जांदे सी, पर हुण मशीनी युग आ गया, मशीनां नाल बिस्कुट बनदे आ। पहले बिस्कुटां दा ते अज दे बिस्कुटां दा कोई फर्क होवे अंतर होवे आपां सारियां गल्लबात करदे हां। सब तो पहला साडे नाल ने सुरेश जी, आपां उहनां दा धन्नवाद करदे हां। सुरेश जी, तुहाडा बहुत बहुत धन्नवाद जी। जसवीर जी, आपणा बहुत 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 धन्नवाद जिहड़े कि सानूं मौका दित्ता मिलण दा। सुरेश जी, पहला तुसीं सानूं इह दस्सो वी जिवें ਪਹਿਲਾਂ ਦਾ ਅਤੇ ਅੱਜ ਦਾ ਬਹੁਤ ਅੰਤਰ ਪੈ ਗਿਆ, ਇਹ ਜਿਹੜਾ ਤੁਸੀਂ ਬਿਸਕੁਟ ਬਣਾਉਣ ਦਾ ਕਾਰੋਬਾਰ ਕਦੋਂ ਤੋਂ ਸ਼ੁਰੂ ਕੀਤਾ ਸੀ? ਇਹ ਸਨ 1975 ਸ਼ੁਰੂ ਕੀਤਾ ਪਿੰਡ ਪਿੰਡਰਾਂ 'ਚ ਜੀ। ਉਸ ਤੋਂ ਬਾਅਦ ਅਸੀਂ ਆ ਗਏ ਸਨ 1985 ਧਰਮਕੋਟ ਜੀ। ਧਰਮਕੋਟ ਆ ਕੇ ਅਸੀਂ ਬਹੁਤ ਵਧੀਆ ਕੰਮ ਕੀਤਾ ਜੀ। ਦੁਕਾਨ ਕਿਰਾਏ 'ਤੇ ਲੈ ਕੇ ਅਸੀਂ ਕੰਮ ਆਪਣਾ ਸ਼ੁਰੂ ਕੀਤਾ, ਬਹੁਤ ਸੋਹਣਾ ਕੰਮ ਚੱਲਿਆ ਸਾਡਾ। ਹੁਣ ਅਸੀਂ ਮਸ਼ੀਨਾਂ ਲਿਆਂਦੀਆਂ, ਮਸ਼ੀਨਾਂ ਦੇ ਨਾਲ ਅਸੀਂ ਕੰਮ ਆਪਣਾ ਸ਼ੁਰੂ ਕਾਰੋਬਾਰ ਕਰਦੇ ਹਾਂ। ਬਹੁਤ ਸੋਹਣਾ ਕੰਮ ਹੈ ਅਤੇ ਬਹੁਤ ਹੀ ਟਾਈਮ ਘੱਟ ਲੱਗਦਾ। ਜਿਸ ਤਰ੍ਹਾਂ ਹੁਣ ਤੁਸੀਂ ਮਸ਼ੀਨਾਂ ਦੱਸਿਆ ਲੈਂਦੀਆਂ, ਪਹਿਲਾਂ ਤੁਸੀਂ ਹੱਥੀਂ ਭੱਠੀ ਦੇ ਕੰਮ ਕਰਦੇ ਸੀ, ਪਹਿਲਾਂ ਜਿਹੜਾ ਤੁਸੀਂ ਹੱਥੀਂ ਕੰਮ ਕਰਦੇ ਸੀ ਅਤੇ ਅੱਜ ਮਸ਼ੀਨੀ ਦੇ ਯੁੱਗ ਮਸ਼ੀਨਾਂ ਲੈਂਦੀਆਂ, ਮਸ਼ੀਨਾਂ ਨਾਲ ਬਿਸਕੁਟ ਪਾਉਂਦੇ ਹਾਂ। ਆਪਾਂ ਦਰਸ਼ਕਾਂ ਨਾਲ ਨਾਲੇ ਦਿਖਾਵਾਂਗੇ ਵੀ ਬਿਸਕੁਟ ਮਸ਼ੀਨਾਂ ਦੇ ਨਾਲ ਕਿਵੇਂ ਪਾਉਂਦੇ, ਪਰ ਇਹਨਾਂ ਦਾ ਟੇਸਟ ਦਾ ਸਵਾਦ ਦਾ ਕੋਈ ਫਰਕ ਪੈਂਦਾ? ਦੇਖੋ ਜੀ, ਇਹਨਾਂ ਦੇ ਟੇਸਟ ਦਾ ਸਵਾਦ ਦਾ ਇਹ ਫਰਕ ਹੈ ਵੀ ਜਿਹੜੇ ਹੱਥ ਨਾਲ ਤਿਆਰ ਕਰਦੇ ਸੀ ਉਹਦਾ ਟੇਸਟ ਹੋਰ ਹੈ, ਜਿਹੜਾ ਮਸ਼ੀਨੀਆਂ ਤਿਆਰ ਕਰ ਰਹੇ ਹੁਣ ਅਸੀਂ ਉਹਦਾ ਟੇਸਟ ਬਹੁਤ ਫਰਕ ਆ। ਉਹ ਬਿਸਕੁਟ ਬਹੁਤ ਖਸਤਾ ਬਣਦਾ, ਦੇਖਣ ਨੂੰ ਸਫਾਈ ਬਹੁਤ ਆ, ਇੱਕੋ ਜਿਹਾ ਬਿਸਕੁਟ ਨਿਕਲਦਾ, ਸਫਾਈ ਇੰਨੀ ਹੈ ਕਿ ਮੈਂ ਜਿਹੜਾ ਦੇਖਦਾ ਕਹਿੰਦਾ ਵਾਕਈ ਬਿਸਕੁਟ ਹੈ। ਨਹੀਂ, ਆਪਾਂ ਸਵਾਦ ਦੀ ਗੱਲ ਕਰਦੇ ਹਾਂ, ਭੱਠੀ ਨਾਲ ਤੁਸੀਂ ਬਣਾਉਂਦੇ ਸੀ ਉਹ ਸਵਾਦ ਸੀ ਜਾਂ ਅੱਜ ਮਸ਼ੀਨ ਨਾਲ ਬਣਦਾ ਇਹ ਸਵਾਦ? ਦੇਖੋ ਜੀ, ਜਿਹੜਾ ਮਸ਼ੀਨ ਨਾਲ ਬਿਸਕੁਟ ਬਣਦਾ ਇਹਦਾ ਬਹੁਤ ਟੇਸਟੀ ਹੈ, ਥੋੜ੍ਹਾ ਨਹੀਂ ਬਹੁਤ ਜ਼ਿਆਦਾ ਸਵਾਦ ਹੈ, ਬਹੁਤ ਫਰਕ ਹੈ ਭੱਠੀ ਨਾਲੋਂ ਮਸ਼ੀਨ ਦਾ ਬਿਸਕੁਟ ਦਾ। ਜੇ ਆਪਾਂ ਗੱਲ ਕਰੀਏ ਉਦੋਂ ਤੁਹਾਡੀ ਲੇਬਰ ਦਾ ਲੇਬਰ ਵੱਧ ਰੱਖਣੀ ਪੈਂਦੀ ਸੀ, ਮਸ਼ੀਨੀ ਨਾਲ ਲੇਬਰ ਦਾ ਵੀ ਘੱਟ ਗਿਆ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਜੀ, ਜਿਹੜਾ ਅੱਗੇ ਲੇਬਰ ਸਾਡੇ ਕੋਲ ਜ਼ਿਆਦਾ ਹੁੰਦੀ ਸੀ, 7-8 ਮੁੰਡੇ ਹੁੰਦੇ ਸੀ ਜਦੋਂ ਅਸੀਂ ਭੱਠੀ ਦਾ ਕੰਮ ਕਰਦੇ ਸੀ। ਹੁਣ ਅਸੀਂ ਮਸ਼ੀਨਾਂ ਲੈਂਦੀਆਂ, ਸਾਨੂੰ ਮਸ਼ੀਨਾਂ ਨਾਲ ਲੇਬਰ ਦਾ ਬਹੁਤ ਫਰਕ ਆ, ਸਾਨੂੰ ਇਹਦੇ ਵਿੱਚ ਕੋਈ ਉਹੋ ਜਿਹਾ ਪ੍ਰੋਬਲਮ ਨਹੀਂ ਗੀ ਵੀ ਸਾਡੇ ਕੋਲ ਆਦਮੀ ਨਹੀਂ ਅਤੇ ਅਸੀਂ ਕੰਮ ਨਹੀਂ ਕਰ ਸਕਦੇ, ਅਸੀਂ ਆਪ ਵੀ ਕੰਮ ਕਰ ਸਕਦੇ ਇਹਦੇ 'ਤੇ। ਸਾਨੂੰ ਬਹੁਤ ਘੱਟ ਤੋਂ ਘੱਟ ਲੇਬਰ ਦੀ ਲੋੜ ਹੈ, ਹੁਣ ਸਾਡੇ ਕੋਲ 4 ਬੰਦੇ, ਅੱਗੇ ਸਾਡੇ ਕੋਲ 7 ਬੰਦੇ ਹੁੰਦੇ ਸੀ। ਲੇਬਰ ਦੀ ਗੱਲ ਕਰੀਏ, ਲੇਬਰ ਦਾ ਦੋ ਅੱਧਾ ਫਰਕ ਪੈ ਗਿਆ ਤੁਹਾਡਾ ਜੀ? ਹਾਂਜੀ, ਲੇਬਰ ਕਈ ਵਾਰ ਪ੍ਰੋਬਲਮ ਹੀ ਆਉਂਦੀ, ਲੇਬਰ ਮਿਲਦੀ ਵੀ ਨਹੀਂ ਹੋਣੀ। ਲੇਬਰ ਨਾ ਮਿਲਣ ਕਰਕੇ ਅਸੀਂ ਜੀ ਮਸ਼ੀਨੀ ਕੰਮ ਸ਼ੁਰੂ ਕੀਤਾ, ਮਸ਼ੀਨ ਕੰਮ ਸ਼ੁਰੂ ਕਰਨ ਨਾਲ ਸਾਨੂੰ ਲੇਬਰ ਦੀ ਕੋਈ ਪ੍ਰੋਬਲਮ ਨਹੀਂ, ਨਾ ਸਾਨੂੰ ਫਰਕ ਹੈ ਲੇਬਰ ਦਾ। ਅਤੇ ਜੇ ਆਪਾਂ ਗੱਲ ਕਰੀਏ ਪਹਿਲਾਂ ਕਿੰਨਾ ਕੁ ਤੁਸੀਂ ਬਿਸਕੁਟ ਦਿਹਾੜੀ 'ਚ ਬਣਾ ਲੈਂਦੇ ਸੀ ਅਤੇ ਹੁਣ ਬਿਸਕੁਟ ਬਣਾਉਣ ਦਾ ਸਪੀਡ ਦਾ ਹੁਣ ਕਿੰਨਾ ਕੁ ਬਣ ਜਾਂਦਾ ਜੀ? ਦੇਖੋ ਜੀ, ਅੱਗੇ ਅਸੀਂ ਭੱਠੇ 'ਤੇ ਕੰਮ ਕਰਦੇ ਸੀ, ਉਹਦੇ ਨਾਲ ਵੱਧ ਤੋਂ ਵੱਧ ਸਵੇਰੇ ਅਸੀਂ 11 ਵਜੇ ਸ਼ੁਰੂ ਕਰਦੇ ਸੀ ਅਤੇ ਰਾਤ ਦੇ 8-9 ਵਜੇ ਤੱਕ ਅਸੀਂ ਮਸਾਂ 70-80 ਕਿਲੋ ਆਟਾ ਕੱਢਦੇ ਸੀ। ਹੁਣ ਇਹ ਮਸ਼ੀਨਾਂ ਲਿਆਉਣ ਨਾਲ ਅਸੀਂ 2-3 ਘੰਟਿਆਂ 'ਚ 2-3 ਕੁਇੰਟਲ ਆਟਾ ਕੱਢ ਕੇ ਰੱਖ ਦਿੰਦੇ ਹਾਂ ਜੀ। ਸਾਨੂੰ ਗਾਹਕ ਦੀ ਕੋਈ ਪ੍ਰੋਬਲਮ ਨਹੀਂ, ਗਾਹਕ ਦਾ ਟਾਈਮ ਦੀ ਬਹੁਤ ਬੱਚਤ ਆ। ਅੱਜ ਕੱਲ੍ਹ ਤੁਹਾਨੂੰ ਪਤਾ ਵੀ ਗਾਹਕ ਜਿਹੜਾ ਆਉਂਦਾ ਉਹ ਛੇਤੀ ਕਰਦਾ, ਹਰ ਕੋਈ ਇਨਸਾਨ ਛੇਤੀ ਕਰਦਾ, ਉਹ ਛੇਤੀ ਦੇ ਨਾਲ ਇਹ ਮਸ਼ੀਨਾਂ ਲਿਆਉਣ ਨਾਲ ਸਾਨੂੰ ਕੋਈ ਫਰਕ ਨਹੀਂ ਗਾ, ਬਹੁਤ ਜ਼ਿਆਦਾ ਸਾਡੇ ਟਾਈਮ ਦੀ ਬੱਚਤ ਆ। ਆਉਂਦਾ ਗਾਹਕ ਤੁਰ ਜਾਂਦਾ, ਜਿਹੜੇ ਕਿ ਨਹੀਂ ਆਉਂਦੇ ਉਹ ਵੀ ਆਪਣੇ ਕੋਲ ਆ ਕੇ ਨਾਲੇ ਮਸ਼ੀਨਾਂ ਦੇਖਦੇ ਆ ਅਤੇ ਨਾਲੇ ਬਿਸਕੁਟ ਬਣਾ ਕੇ ਜਾਂਦੇ। ਮਸ਼ੀਨਾਂ ਦੀ ਗੱਲ ਕੀਤੀ ਪਹਿਲਾਂ, ਜਿਵੇਂ ਲੋਕ ਵਾਕਈ ਹੁਣ ਜਿਹੜਾ ਲੋਕਾਂ ਕੋਲ ਟਾਈਮ ਹੈ ਨਹੀਂ, ਟਾਈਮ ਲੋਕ ਨੂੰ ਇੰਨੀ ਮੁਸ਼ਕਿਲ ਆ ਵੀ ਜਿਹਨਾਂ ਕੋਲ ਟਾਈਮ ਹੈ ਹੀ ਨਹੀਂ ਵੀ ਆਪਾਂ ਇੱਥੇ ਬੈਠ ਜਾਂਗੇ ਤੁਹਾਡੇ ਕੋਲ ਆ ਕੇ। ਪਹਿਲਾਂ ਜਦੋਂ ਹੱਥ ਨਾਲ ਬਣਾਉਂਦੇ ਹੋ ਤਾਂ ਫਿਰ ਵਾਰੀ ਹੁੰਦੀ ਸੀ ਵੀ ਵਾਰੀ ਮੇਰੀ ਆਈ ਜਾਂ ਤੇਰੀ ਆਈ, ਹੁਣ ਵੀ ਕੋਈ ਫਰਕ ਪੈਂਦਾ ਵਾਰੀ ਦਾ? ਹਾਂਜੀ, ਪਹਿਲਾਂ ਤਾਂ ਅਸੀਂ ਨੰਬਰ ਲਿਖਦੇ ਸੀ, ਨੰਬਰ ਦਾ ਕੱਢਦੇ ਸੀ, ਅਤੇ ਹੁਣ ਸਾਨੂੰ ਕੋਈ ਨੰਬਰ ਲਿਖਣ ਦੀ ਲੋੜ ਵੀ ਨਹੀਂ। ਹੁਣ ਜਿਵੇਂ ਜਿਵੇਂ ਆਈ ਜਾਂਦਾ ਉਵੇਂ ਉਵੇਂ ਸਾਡੇ ਕੋਲ ਬਿਸਕੁਟ ਬਣਾ ਕੇ ਆਪਾਂ ਉਹਦੇ ਘਰਾਂ ਨੂੰ ਤੁਰੇ ਜਾਂਦੇ ਹਾਂ। ਬਹੁਤ ਮੇਰੇ ਗਾਹਕ ਜਿੰਨੇ ਵੀ ਆ ਸਾਰੇ ਖੁਸ਼ ਆ, ਸਾਰੇ ਖੁਸ਼ ਆ, ਇੰਨੇ ਖੁਸ਼ ਆ ਕਿ ਬਹੁਤ ਜ਼ਿਆਦਾ, ਨਾਲੇ ਮਸ਼ੀਨਾਂ ਦੇਖਣ ਆਉਂਦੇ ਆ, ਨਾਲੇ ਬਿਸਕੁਟ ਬਣਾ ਕੇ ਆਪਾਂ ਉਹਦੇ ਘਰ ਛੇਤੀ ਚਲੇ ਜਾਂਦੇ। ਜੇ ਆਪਾਂ ਗੱਲ ਕਰੀਏ ਹੁਣ ਸਾਉਣ ਦੇ ਮਹੀਨੇ ਵਿੱਚ ਕਿੰਨੇ ਕੁ ਲੋਕ ਜਿਹੜੇ ਬਿਸਕੁਟ ਲਿਜਾਂਦੇ ਜਾਂ ਸਾਉਣ ਦੇ ਮਹੀਨੇ ਤੋਂ ਪਹਿਲਾਂ ਵੀ ਤੁਹਾਡਾ ਕੰਮ ਚੱਲਦਾ ਰਹਿੰਦਾ? ਦੇਖੋ ਜੀ, ਅੱਗੇ ਪਿੱਛੇ ਵੀ ਮਤਲਬ ਬਿਸਕੁਟ ਬਣਾਉਂਦੇ ਰਹਿੰਦੇ, ਤਾਂ 12 ਮਹੀਨੇ 30 ਦਿਨ ਦਾ ਕੰਮ ਹੈ ਜੀ ਬਿਸਕੁਟ ਬਣਾਉਣ ਦਾ। ਹਰ ਕੋਈ ਇਨਸਾਨ ਕਿਸੇ ਦੇ ਘਰ ਪਰਾਹੁਣੇ ਆਉਂਦੇ, ਅਗਲਾ ਬਾਜ਼ਾਰ ਨਹੀਂ ਮੁੱਲ ਲੈਂਦਾ, ਅਗਲਾ ਕਹਿੰਦਾ ਵੀ ਆਪਾਂ ਸ਼ੌਪ 'ਤੇ ਆਪਦੇ ਬਿਸਕੁਟ ਬਣਾਈਏ, ਨਾਲੇ ਸਸਤੇ ਪੈਂਦੇ ਆ।
ये 24 घंटे काम हैगा। इन्नी है भी जरा वो थोड़ा काम घट जाता, सौन के महीने सितारे का काम ज्यादा देंगे, लड़कियां लड़कियों सितारे देंगे अपनी धियां, जिन्ना चिकर मावं ज्योदिया ने उन्ना चिकर का सितारा हर कोई दिता जी, मेरी ती है मेरी ती है। तो हूँ अजक के युग के कोई भरा तो पुछता नहीं, कोई होगा सौ के पुछता नहीं, धियां मावं ने तो धियां सितारा देना ही देना हर साल च। ਹੁਣ ਸੁਧਾਰੇ ਜੀ ਤੁਸੀਂ ਗੱਲ ਕਰ ਸੁਧਾਰੇ ਕੋ ਫਰਕ ਪਿਆ ਜੀ, ਪਹਿਲਾਂ ਘਟੇ ਗਾਹਕ ਜੀ? ਨਹੀਂ ਜੀ, ਹੁਣ ਤਾਂ ਬਹੁਤ ਗਾਹਕ ਜ਼ਿਆਦਾ ਘਟੇ ਨੇ, ਮਸ਼ੀਨੀ ਨਾਲ ਗਾਹਕ ਬਹੁਤ ਜ਼ਿਆਦਾ ਆ। ਅੱਗੇ ਮੈਂ 70-80 ਕਿਲੋ ਆਟਾ ਕੱਢਦਾ ਸੀ, ਹੁਣ ਮੈਂ 2-3 ਕੁਆਟਰ ਆਟਾ ਕੱਢ ਦੇਣਾ 2-3 ਘੰਟਿਆਂ 'ਚ। ਜੇ ਆਪਾਂ ਗੱਲ ਕਰੀਏ ਆਟੇ ਦੀ ਜੀ, ਹੁਣ ਆਟੇ ਦਾ ਵੱਧ ਨਿਕਲਦਾ, ਪਰ ਜੇ ਆਪਾਂ ਗੱਲ ਕਰੀਏ ਅੱਜ ਦੀ ਨੌਜਵਾਨ ਪੀੜ੍ਹੀ ਦੀ, ਕੀ ਅੱਜ ਦੀ ਨੌਜਵਾਨ ਪੀੜ੍ਹੀ ਆ ਇਹ ਕਾਰੋਬਾਰ ਨੂੰ ਅਪਣਾਉਂਦੇ ਆ ਜਾਂ ਪਹਿਲਾਂ ਪੁਰਾਣੇ ਜਿਹੜੇ ਲੋਕ ਉਹੀ ਚੱਲੀ ਜਾਂਦੇ ਆ? ਜਿਹੜੀ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ ਉਹ ਉਸ ਧੰਦੇ 'ਚ ਨਹੀਂ ਪੈ ਰਹੀ, ਜਿਹੜੇ ਪੁਰਾਣੇ ਇਨਸਾਨ ਹੈ ਉਹੀ ਕੰਮ ਕਰੀ ਜਾਂਦੇ ਆ, ਉਹਨਾਂ ਦੇ ਜਿਹੜੇ ਬੱਚੇ ਆ ਉਹ ਵੀ ਛੇਤੀ ਕਿਤੇ ਕੰਮ 'ਚ ਹੱਥ ਨਹੀਂ ਪਾਉਂਦੇ। ਉਹ ਕਹਿੰਦੇ ਕੰਮ ਬਹੁਤ ਮਿਹਨਤੀ ਆ, ਬਹੁਤ ਜ਼ਿਆਦਾ ਮਿਹਨਤ ਵਾਲਾ। ਜਿਹੜੇ ਪੁਰਾਣੇ ਇਨਸਾਨ ਉਹਨਾਂ ਤਾਂ ਕਰਨਾ ਹੀ ਕਰਨਾ, ਉਹਨਾਂ ਦੇ ਕਾਰੋਬਾਰ ਚੱਲੇ ਹੋਏ ਆ, ਨਵੇਂ ਇਨਸਾਨ ਦਾ ਕਾਰੋਬਾਰ ਚਲਾਉਣਾ ਬਹੁਤ ਔਖਾ ਜੀ। ਹਾਂਜੀ, ਇਹ ਸਨ ਧਰਮਗੜ੍ਹ ਤੋਂ ਸੰਗਮ ਬੇਕਰੀ ਦੇ ਸੁਰੇਸ਼ ਜੀ, ਜਿਨ੍ਹਾਂ ਨੇ ਦੱਸਿਆ ਬਿਸਕੁਟਾਂ ਬਾਰੇ ਆਪਾਂ ਗੱਲਬਾਤ ਕੀਤੀ ਹੈ। ਪਹਿਲਾਂ ਦਾ ਜੋ ਬਿਸਕੁਟਾਂ ਦਾ ਹੀ ਭੱਠੀ ਦੇ ਬੰਦੇ, ਹੁਣ ਮਸ਼ੀਨੀ ਯੁੱਗ ਆ ਗਿਆ, ਇਨਸਾਨਾਂ ਦਾ ਕੰਮ ਜਿਹੜਾ ਮਸ਼ੀਨਾਂ ਨੇ ਲੈ ਲਿਆ, ਹੁਣ ਮਸ਼ੀਨੀ ਯੁੱਗ ਕਰਕੇ ਮਸ਼ੀਨਾਂ ਨੇ ਕੰਮ ਸਾਰਾ ਇਨਸਾਨਾਂ ਦਾ ਲੈ ਲਿਆ। ਬਿਸਕੁਟਾਂ ਬਾਰੇ ਵੀ ਇਹਨਾਂ ਦੱਸਿਆ ਵੀ ਕਿਵੇਂ ਬਿਸਕੁਟਾਂ ਦਾ ਸਵਾਦ ਆ, ਕਹਿੰਦੇ ਕੋਈ ਫਰਕ ਨਹੀਂ, ਪਹਿਲਾਂ ਨਾਲੋਂ ਵੀ ਵਧੀਆ ਬਣਦੇ ਆ। ਅਤੇ ਵੱਧ ਤੋਂ ਵੱਧ ਤੁਸੀਂ ਆਪਦਾ ਬਿਸਕੁਟ ਬਣਾਓ, ਸੰਧਾਰੇ ਆਪੋ ਆਪਣੇ ਦਿਓ, ਅਤੇ ਮੈਂ ਤੁਹਾਡਾ ਆਪਣਾ ਧਰਮਗੜ੍ਹ ਤੋਂ ਜਸਵੀਰ ਨਸੇਰੀਵਾਲੀਆ।